ਈਵਨ ਪੰਜਾਬੀ ਤੇ ਈਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਦੋਸਤੋ, ਵਿਆਹਾਂ ਸ਼ਾਦੀਆਂ 'ਤੇ ਇੱਕ ਰਸਮ ਹੈ ਜੀ, ਮਿਲਣੀ ਦੀ ਰਸਮ। ਜਿਹੜੀ ਮਿਲਣੀ ਦੀ ਰਸਮ ਹੈ, ਬੜੀ ਪਿਆਰੀ ਰਸਮ ਹੈ। ਔਰ ਇਸ ਮਿਲਣੀ ਦੀ ਰਸਮ ਵਿੱਚ ਜੇ ਆਪਾਂ ਪੰਜਾਬੀ ਕਲਚਰ ਦੇ ਨਾਲ ਥੋੜ੍ਹਾ ਜਿਹਾ ਜੋੜੀਏ ਅਤੇ ਜੋਸ਼ ਇੱਕ ਦੂਜੇ ਦਾ ਅਜਮਾਉਣ ਦੀ ਕੋਸ਼ਿਸ਼ ਕਰਦੇ ਆ, ਖਾਸ ਕਰਕੇ ਜਦੋਂ ਮਾਮਾ ਮਾਮੇ ਨਾਲ ਮਿਲਦਾ ਹੈ, ਉਧਰੋਂ ਲੜਕੀ ਦਾ ਮਾਮਾ ਆ ਗਿਆ, ਇੱਧਰੋਂ ਲੜਕੇ ਦਾ ਮਾਮਾ ਆ ਗਿਆ, ਤਾਂ ਇਹ ਦੋਨੇ ਮਾਮੇ ਜਿਹੜੇ ਹੈ ਆਪਣੇ ਆਪ ਨੂੰ ਜ਼ੋਰਾਵਰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਮਿਲਣੀ ਸਮੇਂ ਉਹ ਇੱਕ ਦੂਜੇ ਨੂੰ ਚੱਕਦੇ ਨੇ, ਰੁਪਈਏ ਵਾਰਦੇ ਨੇ, ਵਗੈਰਾ ਵਗੈਰਾ ਜੋ ਵੀ ਸਾਡੀਆਂ ਮਤਲਬ ਰਿਚੁਅਲ ਸੈਰਾਮਨੀਜ਼ ਨੇ, ਆਪਾਂ ਉਹਨਾਂ ਨੂੰ ਪੂਰਾ ਕਰਦੇ ਹਾਂ। ਲੇਕਿਨ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ, ਜਿਸ ਵੀਡੀਓ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਮਿਲਣੀ ਹੋ ਰਹੀ ਹੈ ਜਾਂ ਫਿਰ ਹੋ ਰਹੀ ਹੈ ਕੁਸ਼ਤੀ। ਉਹ ਵਾਇਰਲ ਵੀ ਜਿਹੜਾ ਵੀਡੀਓ ਹੈ ਉਹ ਤੁਸੀਂ ਵੀ ਵੇਖ ਸਕਦੇ ਹੋ। ਬਿਲਕੁਲ, ਹਾਲਾਂਕਿ ਲੱਗ ਨਹੀਂ ਰਿਹਾ ਇਹ ਪੰਜਾਬ ਦੇ ਕਿਸੇ ਹਿੱਸੇ ਦਾ ਹੈ, ਹੈ ਪੰਜਾਬੀ ਵਿਆਹ ਹੀ ਹੈ, ਪਰ ਇਹ ਫੋਰਨ ਦੇ ਕਿਸੇ ਮਤਲਬ ਕੰਟਰੀ ਨਾਲ ਰਿਲੇਟਡ ਹੈ, ਇਹ ਪਤਾ ਨਹੀਂ ਲੱਗ ਰਿਹਾ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਹੈ। ਲੇਕਿਨ ਪੰਜਾਬੀ ਪਹਿਰਾਵਾ, ਪੰਜਾਬੀ ਪਰਿਵਾਰ ਲੱਗ ਰਿਹਾ, ਢੋਲ ਦੀ ਆਵਾਜ਼ ਆ ਰਹੀ ਹੈ, ਔਰ ਪਤਾ ਨਹੀਂ ਉਹ ਮਿਲਣੀ ਕਰ ਰਹੇ ਨੇ ਜਾਂ ਕਰ ਰਹੇ ਨੇ ਫਿਰ ਕੁਸ਼ਤੀ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ ਤਾਂ ਪਲੀਜ਼ ਤੁਸੀਂ ਉਸ ਖਬਰ ਨੂੰ ਇਸ ਈਮੇਲ 'ਤੇ ਸੈਂਡ ਜ਼ਰੂਰ ਕਰ ਸਕਦੇ ਹੋ। ਸਾਡੀ ਮੇਲ ਆਈ ਡੀ ਨੋਟ ਕਰ ਲਓ ਜੀ, avanlivepunjab@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280383739 'ਤੇ ਕਰ ਸਕਦੇ ਹੋ। ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ।